ਚੰਡੀਗੜ੍ਹ ਦਾ ਪ੍ਰਸ਼ਾਸਨ ਜਿਹੜਾ ਖੁਸ਼ੀ ਮਨਾ ਰਿਹਾ ਦੂਸਰੇ ਪਾਸੇ ਚੰਡੀਗੜ੍ਹ ਦੇ ਬਸਨੀਕ ਜਿਹੜੇ ਆ ਉਹ ਇਸ ਗੱਲ ਦਾ ਦੁੱਖ ਮਨਾ ਰਹੇ ਆ ਥੋੜੀ ਥੋੜੀ ਪੰਜਾਬੀ ਭਾਸ਼ਾ ਤੇ ਵਿਰਾਸਤ ਨੂੰ ਜਿਹੜਾ ਖਤਮ ਕੀਤਾ ਜਾਂਦਾ ਲੋਕ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਪਰ ਹਜੇ ਤੱਕ ਕੋਈ ਵੀ ਉਸ ਚੀਜ਼ ਦਾ ਜਵਾਬ ਜਿਹੜਾ ਹੱਲ ਨਹੀਂ ਹੋਇਆ ਜੀ ਬਾਕੀ ਦੇਸ਼ਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇੰਗਲਿਸ਼ ਡੇ ਬਾਏ ਡੇ ਐਕਸਪੈਂਡ ਕਰ ਰਹੀ ਹੈ ਵਰਲਡ ਜੀ ਤੇ ਜਿਹੜੀ ਸਾਡੀ ਪੰਜਾਬੀ ਉਹ ਡੇ ਬਾਏ ਡੇ ਸੁਗੜ ਰਹੀ ਇਹ ਇੱਕ ਸ਼ਾਇਦ ਸੀ ਕਹਿ ਸਕਦਾ ਕਿ ਮਾਨਸਿਕ ਗੁਲਾਮੀ ਹੈ ਪਹਿਲਾਂ ਸਾਨੂੰ ਹਥਿਆਰਾਂ ਨਾਲ ਗੁਲਾਮ ਕੀਤਾ ਜਾਂਦਾ ਸੀ ਬਟ ਅੱਜ ਸਾਨੂੰ ਵਿਚਾਰਾਂ ਨਾਲ ਗੁਲਾਮ ਕੀਤਾ ਜਾ ਰਿਹਾ ਜਿਹਦਾ ਇਹ ਨਤੀਜਾ ਹੈ ਸਾਡੀ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਇੱਕ ਮਤਲਬ ਵਰਲਡ ਦੀਆਂ ਪਹਿਲੀਆਂ ਟੌਪ 10 ਦੇ ਵਿੱਚ ਭਾਸ਼ਾ ਜਿਹਦੇ ਵਿੱਚ ਲਗਭਗ 12 ਕਰੋੜ ਜਿਹੜੇ ਲੋਕ ਆ ਉਹ ਪੰਜਾਬੀ ਬੋਲਦੇ ਹੈ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪੜਾਂਗੇ ਅਸੀਂ ਆਪਦੇ ਹੋਰ ਗੁਰੂਆਂ ਨੂੰ ਨਹੀਂ ਪੜਾਂਗੇ ਅਸੀਂ ਆਪਦੇ ਇਤਿਹਾਸਕਾਰਾਂ ਨੂੰ ਨਹੀਂ ਪੜਾਂਗੇ ਤਾਂ ਸਾਡੇ ਜਿਹੜੇ ਬੱਚੇ ਹੈ ਉਹ ਨੇਚਰਲ ਹੈ 크리스마ਸ ਦਾ ਸਿੱਖ ਜਾਣਗੇ ਬਟ ਉਹ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲਵਾ ਉਹਨਾਂ ਦੇ ਉਹ ਸ਼ਾਇਦ ਨਾਮ ਵੀ ਉਹਨਾਂ ਨੂੰ ਯਾਦ ਵੀ ਰਹਿਣਗੇ ਦਿਨ ਤੇ ਹਰ ਦਾ ਛੱਡੋ ਕਿ ਸਾਡੇ ਦੇਸ਼ ਦਾ ਜਿਹੜਾ ਬੱਚੇ ਹੈ ਉਹ ਗਲਤ ਪਾਸੇ ਕਿਉਂ ਜਾ ਰਿਹਾ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਆਪਦੇ ਧਰਮ ਨਾਲੋਂ ਆਪਦੇ ਕਲਚਰ ਨਾਲੋਂ ਆਪਦੇ ਸਭਿਆਚਾਰ ਨਾਲੋਂ ਤੋੜ ਲਿਆ ਤਾਂ ਫਿਰ ਸਾਡੇ ਕੋਲ ਪਿੱਛੇ ਰਹਿ ਕੁਝ ਨਹੀਂ ਜਣਾ ਜੀ ਉਹ ਕਹਿੰਦੇ ਸੀ ਅਗਰ ਇਹਨਾਂ ਨੂੰ ਗੁਲਾਮ ਕਰਨਾ ਹੈ ਤੇ ਇਹਨਾਂ ਨੂੰ ਇਹਨਾਂ ਦੀ ਪੜਾਈ ਖਤਮ ਉਹ ਸੇਮ ਪੈਟਰਨ ਤੇ ਕੰਮ ਹੋ ਰਿਹਾ ਜੀ। ਕਾਫੀ ਹੱਦ ਤੱਕ ਉਹ ਕਾਮਯਾਬ ਹੋ ਗਏ ਨੇ ਕਿ ਉਹ ਸਾਡੀ ਜਿਹੜੀ ਪੜ੍ਹਾਈ ਡੇ ਬਾਈ ਡੇ ਆ ਉਹਨੂੰ ਕਮਜ਼ੋਰ ਕਰ ਰਹੇ ਨੇ। ਉਹਦੇ ਵਿੱਚੋਂ ਜਿਹੜਾ ਵੀ ਚੰਗਾ ਮਟੀਰੀਅਲ ਹੈ ਉਹ ਕੱਢਿਆ ਜਾ ਰਿਹਾ, ਆਊਟ ਕੀਤਾ ਜਾ ਰਿਹਾ। ਸਰਕਾਰਾਂ ਤਾਂ ਦੇਖੋ ਇਹ ਕਾਰਪੋਰੇਟ ਲਈ ਕੰਮ ਕਰਦੀਆਂ ਨੇ, ਇਹ ਵਰਲਡ ਲਈ ਕੰਮ ਕਰਦੀਆਂ ਨੇ। ਬਟ ਸਾਨੂੰ ਇਹਦੇ ਲਈ ਆਪ ਸਟੈਂਡ ਲੈਣਾ ਪਏਗਾ। ਜੇ ਅਸੀਂ ਸਟੈਂਡ ਲਵਾਂਗੇ ਤਾਂ ਸਾਨੂੰ ਕੋਈ ਮਤਲਬ ਸਾਡੀ ਬੋਲੀ ਨੂੰ ਖਤਮ ਨਹੀਂ ਕਰ ਸਕਦਾ। ਜਿੰਦਾਬਾਦ ਚੈਨਲ ਦੇਖ ਰਹੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਮੈਂ ਅਮਨਦੀਪ ਸਿੰਘ ਗੜੀ ਸੋ ਕੱਲ 1 ਨਵੰਬਰ ਦੇ ਦਿਨ ਚੰਡੀਗੜ੍ਹ ਦੇ ਲੋਕਾਂ ਨੇ ਚੰਡੀਗੜ੍ਹ ਦੇ ਵਿੱਚ ਵੱਖੋ ਵੱਖਰੇ ਥਾਂਾਂ 'ਤੇ ਜਿਹੜੇ ਪ੍ਰੋਟੈਸਟ ਕੀਤੇ ਆ ਕਾਲੇ ਦਿੱਸ ਦੇ ਤੌਰ ਤੇ ਮਨਾਇਆ ਇੱਕ ਪਾਸੇ ਚੰਡੀਗੜ੍ਹ ਦਾ ਪ੍ਰਸ਼ਾਸਨ ਜਿਹੜਾ ਖੁਸ਼ੀ ਮਨਾ ਰਿਹਾ ਦੂਸਰੇ ਪਾਸੇ ਚੰਡੀਗੜ੍ਹ ਦੇ ਬਸਨੀਕ ਜਿਹੜੇ ਆ ਉਹ ਇਸ ਗੱਲ ਦਾ ਦੁੱਖ ਮਨਾ ਰਹੇ ਆ ਕਿਉਂਕਿ ਗੱਲ ਕੀ ਹੈ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਉਹਨੂੰ ਦੂਸਰੇ ਦਰਜੇ ਦੀ ਭਾਸ਼ਾ ਇਕਰਾਰ ਦਿੱਤਾ ਗਿਆ ਸੀ 1 ਨਵੰਬਰ 1966 ਨੂੰ ਤੇ ਅੰਗਰੇਜ਼ੀ ਨੂੰ ਪਹਿਲੇ ਦਰਜੇ ਦੀ ਭਾਸ਼ਾ ਜਿਹੜਾ ਆ ਉਹ ਬਣਾ ਦਿੱਤਾ ਗਿਆ ਪੰਜਾਬ ਦੇ ਵਿੱਚ ਚੰਡੀਗੜ੍ਹ ਪੰਜਾਬ ਦਾ ਹਿੱਸਾ ਤੇ ਪਹਿਲਾਂ ਉਹਨੂੰ ਪੰਜਾਬ ਕੋਲੋਂ ਖੋਹ ਲਿਆ ਜਾਂਦਾ ਕਿਹਾ ਜਾਂਦਾ ਕਿ ਟੈਂਪਰਰੀ ਹਰਿਆਣਾ ਦੇ ਨਾਲ ਜੋੜ ਦਿੱਤਾ ਗਿਆ ਆ ਪਰ ਬਾਅਦ ਵਿੱਚ ਜਿਹੜਾ ਆ ਉਹ ਜਿਹੜਾ ਵਾਦਾ ਕੀਤਾ ਗਿਆ ਉਹ ਹਜੇ ਤੱਕ ਪੂਰਾ ਨਹੀਂ ਕੀਤਾ ਗਿਆ ਚੰਡੀ ਹੌਲੀ ਹੌਲੀ ਚੰਡੀਗੜ੍ਹ ਦੇ ਵਿੱਚੋਂ ਪੰਜਾਬੀ ਤੇ ਪੰਜਾਬ ਦੀ ਵਿਰਾਸਤ ਨੂੰ ਜਿਹੜਾ ਆ ਉਹ ਖਤਮ ਕੀਤਾ ਜਾ ਰਿਹਾ ਸੋ ਇਸ ਸਾਰੇ ਮਸਲੇ ਨੂੰ ਜਾਣਨ ਲਈ ਸਾਡੇ ਨਾਲ ਹਰਪ੍ਰੀਤ ਸਿੰਘ ਗੋਲੂ ਜੀ ਨੂੰ ਮੌਜੂਦ ਨੇ ਗੱਲਬਾਤ ਕਰਾਂਗੇ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸਾਡੇ ਚੈਨਲ ਉੱਤੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਲੱਗਦਾ ਹੈ ਜੀ ਲੰਬੇ ਸਮੇਂ ਤੋਂ ਪੰਜਾਬੀ ਸੰਘਰਸ਼ ਕਰ ਰਹੇ ਪ ਫੇਰ ਓਲੀ ਓਲੀ ਪੰਜਾਬੀ ਭਾਸ਼ਾ ਤੇ ਵਿਰਾਸਤ ਨੂੰ ਜਿਹੜਾ ਖਤਮ ਕੀਤਾ ਜਾਂਦਾ ਲੋਕ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਪਰ ਹਜੇ ਤੱਕ ਕੋਈ ਵੀ ਉਸ ਚੀਜ਼ ਦਾ ਜਵਾਬ ਜਿਹੜਾ ਹੱਲ ਨਹੀਂ ਹੋਇਆ ਜੀ ਦੇਖੋ ਜੀ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਆਪਾਂ ਨੂੰ ਇਹਦੇ ਤੇ ਇੱਕ ਇੰਟਰਵਿਊ ਕਰਨਾ ਪੈ ਰਿਹਾ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਉਹਨੂੰ ਵਿਸਾਰ ਦਿੱਤਾ ਜਾ ਰਿਹਾ ਸਾਡੇ ਦੇਸ਼ ਵਿੱਚ ਜੀ ਬਾਕੀ ਦੇਸ਼ਾਂ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਇੰਗਲਿਸ਼ ਡੇ ਬਾਏ ਡੇ ਐਕਸਪੈਂਡ ਕਰ ਰਹੀ ਹੈ ਵਰਲਡ ਵਿੱਚ ਜੀ ਤੇ ਜਿਹੜੀ ਸਾਡੀ ਪੰਜਾਬੀ ਉਹ ਡੇ ਬਾਏ ਡੇ ਸੁਗੜ ਰਹੀ ਹੈ ਜੀ ਇਹਦੇ ਪਿੱਛੇ ਜਿਹੜਾ ਸਭ ਤੋਂ ਵੱਡਾ ਕਾਰਨ ਹੈ ਉਹ ਅਗਿਆਨਤਾ ਹੈ ਜੀ ਅਸੀਂ ਜਿਹੜੇ ਲੋਕ ਹੈ ਬਗਾਨੀ ਚੀਜ਼ ਤੇ ਮਾਨ ਕਰਦੇ ਆ ਬਟ ਆਪਦੀ ਚੀਜ਼ ਨੂੰ ਅਸੀਂ ਮਾੜਾ ਗਿਣਦੇ ਆ ਚਾਹੇ ਉਹ ਸਾਡਾ ਪਹਿਰਾਵਾ ਹੋਵੇ ਚਾਹੇ ਸਾਡੇ ਉਹ ਖਾਣ ਪਾਣ ਨੇ ਜੀ ਚਾਹੇ ਸਾਡੀਆਂ ਹੋਰ ਕਲਚਰਲ ਐਕਟੀਵਿਟੀਆਂ ਨੇ ਜੀ ਸਾਨੂੰ ਅੱਜ ਕੱਲ ਬਗਾਨੀ ਚੀਜ਼ ਤੇ ਬਹੁਤ ਮਾਨ ਹੋਣ ਲੱਗਿਆ ਹੈ ਇਹ ਇੱਕ ਸ਼ਾਇਦ ਅਸੀਂ ਕਹਿ ਸਕਦੇ ਆ ਕਿ ਮਾਨਸਿਕ ਗੁਲਾਮੀ ਹੈ ਪਹਿਲਾਂ ਸਾਨੂੰ ਹਥਿਆਰਾਂ ਨਾਲ ਗੁਲਾਮ ਕੀਤਾ ਜਾਂਦਾ ਸੀ ਬਟ ਅੱਜ ਸਾਨੂੰ ਵਿਚਾਰਾਂ ਨਾਲ ਗੁਲਾਮ ਕੀਤਾ ਜਾ ਰਿਹਾ ਜਿਹਦਾ ਇਹ ਨਤੀਜਾ ਹੈ ਕਿ ਅਸੀਂ ਆਪਣੀ ਜਿਹੜੀ ਮਾਂ ਬੋਲੀ ਬੋਲਣ ਲੱਗਿਆ ਸੀ ਅਸੀਂ ਸ਼ਰਮ ਕਰਦੇ ਆ ਅਸੀਂ ਅਕਸਰ ਦੇਖਦੇ ਆ ਕਿ ਜਿਹੜੇ ਲੋਕ ਸ਼ਹਿਰਾਂ ਦੇ ਵਿੱਚ ਖਾਸ ਕਰਕੇ ਇਵਨ ਹੁਣ ਤਾਂ ਪਿੰਡਾਂ ਦੇ ਵਿੱਚ ਵੀ ਲੋਕ ਵੀ ਇੰਗਲਿਸ਼ ਬੋਲਦੇ ਆ ਵਿਆਹਾਂ ਦੇ ਕਾਰਡ ਇੰਗਲਿਸ਼ 'ਚ ਛਪਦੇ ਆ ਜਦ ਕਿ ਸਾਡਾ ਕੋਈ ਰਿਸ਼ਤੇਦਾਰ ਹੈ ਨਹੀਂ ਜਿਹੜਾ ਕੋਈ ਅੰਗਰੇਜ਼ ਆ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਾਰਡ ਭੇਜਣਾ ਹੈ ਉਹ ਸਾਰੇ ਪੰਜਾਬੀ ਪੜ ਸਕਦੇ ਆ ਪੰਜਾਬੀ ਜਿਹੜੀ ਹੈਗੀ ਆ ਉਹ ਬੋਲਦੇ ਆ ਦੁਕਾਨਾਂ ਦੇ ਬੋਰਡ ਪੰਜਾਬੀ 'ਚ ਲਿਖੇ ਇੰਗਲਿਸ਼ 'ਚ ਲਿਖੇ ਹੋਏ ਆ ਜਦ ਕਿ ਅਸੀਂ ਉਹਨਾਂ ਦੇ ਕੋਲ ਕਿਸੇ ਨੇ ਅੰਗਰੇਜ਼ ਨੇ ਸ਼ਾਪਿੰਗ ਲਈ ਨਹੀਂ ਹੋਣਾ ਜੀ ਜੀ ਤੇ ਸੋ ਇਹ ਬੜੀਆਂ ਮੰਦ ਭਾਗੀਆਂ ਗੱਲਾਂ ਨੇ ਜਿਹੜੀਆਂ ਕਿ ਇੱਕ ਸਾਡੀ ਇਹ ਜਿਹੜੀ ਪੰਜਾਬੀ ਭਾਸ਼ਾ ਹੈ ਇਹ ਇੱਕ ਮਤਲਬ ਵਰਲਡ ਦੀਆਂ ਪਹਿਲੀਆਂ ਟੌਪ 10 ਦੇ ਵਿੱਚ ਭਾਸ਼ਾ ਜਿਹਦੇ ਵਿੱਚ ਲਗਭਗ 12 ਕਰੋੜ ਜਿਹੜੇ ਲੋਕ ਆ ਉਹ ਪੰਜਾਬੀ ਬੋਲਦੇ ਆ ਜੀ ਬਟ ਇਹ ਵੀ ਸੱਚ ਹੈ ਕਿ ਅੱਜ ਪੰਜਾਬੀ ਜਿਹੜੀ ਬੋਲੀ ਆ ਉਹ ਖਤਰੇ ਵਿੱਚ ਗਣੀ ਜਾ ਰਹੀ ਹੈ ਡੇ ਬਾਏ ਡੇ ਜਿਹੜੀ ਹੈਗੀ ਹੈ ਸਕੀਜ਼ ਹੋ ਰਹੀ ਹੈ ਇੱਕ ਮਤਲਬ ਸੁੰਗੜ ਰਹੀ ਹੈ ਜੀ ਤੇ ਜੋ ਇੱਕ ਵੇਖੋ ਸਾਡੇ ਗੁਰੂਆਂ ਦੀ ਬੋਲੀ ਸੀ ਗੁਰੂ ਨਾਨਕ ਦੇਵ ਜੀ ਦੀ ਬੋਲੀ ਬੁੱਲੇ ਸ਼ਾਹ ਦੀ ਬੋਲੀ ਜੀ ਸਾਡੇ ਕਿੱਡੇ-ਕੱਡੇ ਮਹਾਨ ਹੋਏ ਨੇ ਯੋਧੇ ਸਾਡੇ ਕਿੰਨੇ-ਕਿੰਨੇ ਕਿਰਤਾਰ ਹੋਏ ਨੇ ਏਡੇ ਵਧੀਆ ਰਾਈਟਰ ਸ਼ਿਵ ਕੁਮਾਰ ਬਟਾਲਵੀ ਵਰਗੇ ਜੀ ਤੇ ਉਹ ਅਗਰ ਬੱਚੇ ਅਗਰ ਬੋਲਣਗੇ ਨਹੀਂ ਪੰਜਾਬੀ ਪੜ੍ਹਨਗੇ ਨਹੀਂ ਤਾਂ ਕਿਵੇਂ ਉਹਨਾਂ ਨੂੰ ਸਿੱਖਣਗੇ ਕਿਦਾਂ ਜੀ ਬਿਲਕੁਲ ਜੀ ਬਿਲਕੁਲ ਜੀ ਜੇ ਗੱਲ ਕਰ ਲਈ ਆਪਾਂ ਸੀਬੀਐਸਸੀ ਸੀਬੀਐਸ ਬੋਰਡ ਨੇ ਜਿਹੜਾ ਪੰਜਾਬੀ ਨੂੰ ਕੰਪਲਸਰੀ ਭਾਸ਼ਾ ਵਿੱਚੋਂ ਹਟਾ ਦਿੱਤਾ ਆ ਹਨਾ ਤੇ ਪਰ ਇੱਕ ਗੱਲ ਇਹ ਵੀ ਹੈ ਕਿ ਜਿਹੜੀਆਂ ਸਰਕਾਰਾਂ ਪੰਜਾਬ ਪੰਜਾਬੀ ਦੀ ਗੱਲ ਕਰਦੀਆਂ ਪੰਜਾਬ ਦੇ ਲੋਕਾਂ ਦੀ ਗੱਲ ਕਰ ਲਈਏ ਖਾਸ ਕਰਕੇ ਹੁਣ ਜੇ ਕਾਂਗਰਸ ਚੰਨੀ ਸਰਕਾਰ ਦੀ ਵੀ ਆਪਾਂ ਗੱਲ ਕਰ ਲਈਏ ਬਹੁਤ ਸਾਰੇ ਲੋਕਾਂ ਦੇ ਗਰਾਊਂਡ ਲੈਵਲ ਤੇ ਜਾ ਕੇ ਵੀ ਲੋਕਾਂ ਦੇ ਪੰਜਾਬ ਨੂੰ ਸੁਧਾਰਨ ਦੇ ਲਈ ਕਾਫੀ ਸਾਰੇ ਕੰਮ ਕਰ ਰਹੀ ਹੈ ਪਰ ਜਿਹੜੀ ਮੇਨ ਜੜ ਪੰਜਾਬੀ ਵਿਰਾਸਤ ਜਿਹੜੀ ਆ ਉਸ ਨੂੰ ਬਚਾਉਣ ਦੀ ਕਿਉਂ ਨਹੀਂ ਗੱਲ ਕਰ ਪਾ ਰਹੀ ਸਕਦਾ ਦੇਖੋ ਜੀ 1830 ਦੇ ਵਿੱਚ ਮੈਟਕੈਲਫ ਨਾਂ ਦਾ ਬੰਦਾ ਇੱਕ ਆਇਆ ਸੀ ਮਹਾਰਾਜਾ ਰਣਜੀਤ ਸਿੰਘ ਹਰਾਂ ਦੇ ਨਾਲ ਇੱਕ ਸੰਧੀ ਕਰਨ ਲਈ ਜੀ ਤਾਂ ਉਹਨੇ ਦੇਖਿਆ ਕਿ ਇੱਥੋਂ ਦੇ ਲੋਕ ਸਭ ਪੜ੍ਹੇ ਲਿਖੇ ਹੋਏ ਸੀ ਇੱਕ ਪਿੰਡ ਵੀ ਉਹ ਚੂੜ ਚੱਕ ਦਾ ਜ਼ਿਕਰ ਕਰਦਾ ਕਿ ਉੱਥੇ ਉਹ 1100 ਦੀ ਆਬਾਦੀ ਸੀ ਤੇ ਸਾਰੀ ਪੜ੍ਹੀ ਹੋਈ ਸੀ ਜੀ ਉਹ ਕਹਿੰਦੇ ਸੀ ਅਗਰ ਇਹਨਾਂ ਨੂੰ ਗੁਲਾਮ ਕਰਨਾ ਹੈ ਤੇ ਇਹਨਾਂ ਨੂੰ ਇਹਨਾਂ ਦੀ ਪੜ੍ਹਾਈ ਖਤਮ ਕਰੋ ਜੀ ਉਹ ਸੇਮ ਪੈਟਰਨ ਤੇ ਕੰਮ ਹੋ ਰਿਹਾ ਅੱਜ ਵੀ ਜੀ ਕਾਫੀ ਹੱਦ ਤੱਕ ਉਹ ਕਾਮਯਾਬ ਹੋ ਗਏ ਨੇ ਕਿ ਉਹ ਸਾਡੀ ਜਿਹੜੀ ਪੜ੍ਹਾਈ ਡੇ ਬਾਈ ਡੇ ਆ ਉਹਨੂੰ ਕਮਜ਼ੋਰ ਕਰ ਰਹੇ ਨੇ ਉਹਦੇ ਵਿੱਚੋਂ ਜਿਹੜਾ ਵੀ ਚੰਗਾ ਮਟੀਰੀਅਲ ਉਹ ਕੱਢਿਆ ਜਾ ਰਿਹਾ ਆ ਆਊਟ ਕੀਤਾ ਜਾ ਰਿਹਾ ਇਹ ਜਿਹੜੀ ਸੀਬੀਐਸਸੀ ਨੇ ਕੰਮ ਕੀਤਾ ਉਹ ਉਹਦਾ ਇੱਕ ਹਿੱਸਾ ਹੈ ਜੀ ਇਹ ਵੀ ਉਹਨਾਂ ਨੇ ਇਹ ਕਿਹਾ ਕਿ ਅਗਰ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪੜਾਂਗੇ ਅਸੀਂ ਆਪਦੇ ਹੋਰ ਗੁਰੂਆਂ ਨੂੰ ਨਹੀਂ ਪੜਾਂਗੇ ਅਸੀਂ ਆਪਦੇ ਇਤਿਹਾਸਕਾਰਾਂ ਨੂੰ ਨਹੀਂ ਪੜਾਂਗੇ ਤਾਂ ਸਾਡੇ ਜਿਹੜੇ ਬੱਚੇ ਐ ਉਹ ਨੇਚੁਰਲ ਐ 크ਿਸਮਸ ਤਾਂ ਸਿੱਖ ਜਾਣਗੇ ਬਟ ਉਹ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲਵਾ ਉਹਨਾਂ ਦੇ ਉਹ ਸ਼ਾਇਦ ਨਾਮ ਵੀ ਉਹਨਾਂ ਨੂੰ ਯਾਦ ਨਹੀਂ ਰਹਿਣਗੇ ਦਿਨ ਤਿਹਾੜ ਦਾ ਛੱਡੋ ਜੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਇਹ ਗੱਲ ਬੜੀ ਇੰਪੋਰਟੈਂਟ ਮੈਂ ਕਰਨ ਲੱਗਾ ਹਾਂ ਓਲਡ ਹੋਮ ਦੇ ਵਿੱਚ ਜਾਣ ਲਈ ਤਿਆਰ ਰਹਿਣਾ ਅਨਾਥ ਆਸ਼ਰਮਾਂ ਦੇ ਵਿੱਚ ਜਾਣ ਲਈ ਤਿਆਰ ਰਹਿਣਾ ਕਿਉਂਕਿ ਜਦੋਂ ਉਹਨਾਂ ਨੂੰ ਸਿਖਾਇਆ ਹੀ ਵੈਸਟਰਨ ਕਲਚਰ ਜਾਏਗਾ ਤਾਂ ਉਹ ਵੀ ਇਹੀ ਐਕਟ ਕਰਨਗੇ ਕਿਉਂਕਿ ਬਾਹਰ ਇਹ ਟ੍ਰੈਂਡ ਹੈ ਕਿ ਕਿਸੇ ਕੋਲ ਟਾਈਮ ਨਹੀਂ ਉਹਨਾਂ ਦੇ ਜਿਹੜੇ ਮਾਪੇ ਆ ਉਹ ਇੱਕ ਏਜ ਤੋਂ ਬਾਅਦ ਜਦੋਂ ਬਿਮਾਰ ਹੋ ਜਾਂਦੇ ਨੇ ਤਾਂ ਉਹਨਾਂ ਨੂੰ 올ਡ ਹੋਮ ਦੇ ਵਿੱਚ ਰਹਿਣਾ ਪੈਂਦਾ ਜਿੱਥੇ ਨਰਸਿਸ ਉਹਨਾਂ ਦਾ ਧਿਆਨ ਰੱਖਦੀਆਂ ਜੀ ਤਾਂ ਫਿਰ ਅਸੀਂ ਇਹ ਕਿਸੇ ਨੂੰ ਲੰਬਾ ਨਹੀਂ ਦੇ ਸਕਦੇ ਕਿ ਸਾਡੇ ਦੇਸ਼ ਦਾ ਜਿਹੜਾ ਬੱਚੇ ਹੈ ਉਹ ਗਲਤ ਪਾਸੇ ਕਿਉਂ ਜਾ ਰਿਹਾ ਕਿਉਂਕਿ ਜਦੋਂ ਅਸੀਂ ਉਹਨਾਂ ਨੂੰ ਆਪਦੇ ਧਰਮ ਨਾਲੋਂ ਆਪਦੇ ਕਲਚਰ ਨਾਲੋਂ ਆਪਦੇ ਸਭਿਆਚਾਰ ਨਾਲੋਂ ਤੋੜ ਲਿਆ ਤਾਂ ਫਿਰ ਸਾਡੇ ਕੋਲ ਪਿੱਛੇ ਰਹਿ ਕੁਝ ਨਹੀਂ ਜਾਣਾ ਜੀ ਇਹਦੇ ਤੇ ਮੈਨੂੰ ਇਹ ਅਗੇਨ ਕਹਿ ਰਿਹਾ ਬੜਾ ਦੁੱਖ ਹੈ ਕਿ ਸਾਨੂੰ ਇਹਦੇ ਤੇ ਵਿਚਾਰ ਕਰਨਾ ਪੈ ਰਿਹਾ ਵੀ ਅਸੀਂ ਇੰਨੇ ਅੰਨੇ ਬੋਲੇ ਹੋ ਚੁੱਕੇ ਆਂ ਕਿ ਸਾਨੂੰ ਸਵਾਈ ਪੈਸੇ ਤੋਂ ਕੁਝ ਨਹੀਂ ਦਿਖਦਾ ਸਾਨੂੰ ਆਪਣੇ ਕਿਰਦਾਰ ਤੇ ਵੀ ਕੰਮ ਕਰਨਾ ਪਏਗਾ ਜੀ ਪੜ੍ਹਾਈ ਜਿਹੜੀ دنیਵੀ ਪੜ੍ਹਾਈ ਆ ਉਹ ਠੀਕ ਹੈ ਪੜ੍ਹਨੀ ਚਾਹੀਦੀ ਆਪਾਂ ਕਿਸੇ ਲੈਂਗੁਏਜ ਦੇ ਵਿਰੋਧ ਨਹੀਂ ਬੋਲ ਰਹੇ ਇੱਥੇ ਸਾਰੀਆਂ ਲੈਂਗੁਏਜ ਜ਼ਰੂਰੀ ਨੇ ਜਿਹੜੀਆਂ ਵੀ ਤੁਸੀਂ ਸਿੱਖ ਸਕਦੇ ਹੋ ਚੰਗੀ ਗੱਲ ਆ ਤੁਹਾਡਾ ਪਲੱਸ ਪੁਆਇੰਟ ਹੈ ਬਟ ਆਫ ਦੀ ਮਾਂ ਭਾਸ਼ਾ ਨੂੰ ਪੁੱਲ ਜਾਣਾ ਤਾਂ ਮਤਲਬ ਇਹ ਕਹਿ ਲੋ ਕਿ ਤੁਹਾਡਾ ਜਿਹੜਾ ਹੈਗਾ ਫਿਊਚਰ ਵੀ ਖਤਮ ਹੈ ਤੇ ਤੁਹਾਡਾ ਅਧਿਆਤਮਕ ਜੀਵਨ ਵੀ ਖਤਮ ਹੈ ਜਿਹੜਾ ਸਭ ਤੋਂ ਵੱਡੀ ਗੱਲ ਹੈ ਇਸ ਕਰਕੇ ਸਾਨੂੰ ਆਪਣੀ ਮਾਂ ਬੋਲੀ ਤੇ ਜਿਹੜਾ ਹੈਗਾ ਜਿਹੜੇ ਸਕੂਲ ਹੈ ਉਹਨਾਂ ਨੂੰ ਸਾਡੀਆਂ ਸਰਕਾਰਾਂ ਮਜਬੂਰ ਕਰਨ ਅਸੀਂ ਆਪਦੇ ਬੱਚਿਆਂ ਨੂੰ ਉੱਥੇ ਆਪਦੀ ਭਾਸ਼ਾ ਜਿਹੜੀ ਸਾਡੀ ਹੈਗੇ ਲੈਂਗੁਏਜ ਉਹ ਉਹਨਾਂ ਨੂੰ ਕਹੀਏ ਵੀ ਤੁਸੀਂ ਜ਼ਰੂਰ ਪੜੋ ਤਾਂ ਇਹ ਇਦਾਂ ਹੀ ਇਹਦੇ ਤੋਂ ਨਿਕਲਿਆ ਜਾ ਸਕਦਾ ਹੈ ਸਾਨੂੰ ਇਹਦੇ ਤੇ ਥੋੜੀ ਜਿਹੀ ਅੱਖਾਂ ਆਪ ਵੀ ਖੋਲਣੀਆਂ ਪੈਣਗੀਆਂ ਸਰਕਾਰਾਂ ਤਾਂ ਦੇਖੋ ਇਹ ਕਾਰਪੋਰੇਟ ਲਈ ਕੰਮ ਕਰਦੀਆਂ ਨੇ ਇਹ ਵਰਲਡ ਲਈ ਕੰਮ ਕਰਦੀਆਂ ਨੇ ਬਟ ਸਾਨੂੰ ਇਹਦੇ ਲਈ ਆਪ ਸਟੈਂਡ ਲੈਣਾ ਪਏਗਾ ਜੇ ਅਸੀਂ ਸਟੈਂਡ ਲਵਾਂਗੇ ਤਾਂ ਸਾਨੂੰ ਕੋਈ ਮਤਲਬ ਸਾਡੀ ਬੋਲੀ ਨੂੰ ਖਤਮ ਨਹੀਂ ਕਰ ਸਕਦਾ ਜੀ ਗੱਲ ਕਰ ਲਈਏ ਆਪਾਂ ਸੀਬੀਐਸਸੀ ਜਿਹੜਾ ਬੋਰਡ ਆ ਉਹਨਾਂ ਨੇ ਅਖਬਾਰਾਂ ਵਿੱਚ ਵੀ ਦਿੱਤਾ ਆ ਕਿ ਜਿਹੜਾ ਆਪਾਂ ਇਹ ਸਿਸਟਮ ਲਾਗੂ ਕਰ ਰਹੇ ਆ ਇਹਦੇ ਨਾਲ ਬੱਚਿਆਂ ਨੂੰ ਨੌਕਰੀਆਂ ਜਿਹੜੀਆਂ ਉਹ ਸਹੀ ਤਰੀਕ ਚੰਗੇ ਨੌਕਰੀਆਂ ਚੰਗੀਆਂ ਲੈ ਸਕਦੇ ਆ ਹਨਾ ਜਿਹੜੀ ਸਕਿੱਲ ਪਾਵਰ ਉਹ ਬਾਤ ਸਕਦੀ ਹੈ ਇਸ ਨੂੰ ਇਹ ਤਰਕ ਜਿਹੜਾ ਦੇ ਰਿਆ ਸੀ ਵੀ ਐਸਸੀ ਬੋਰਡ ਇਸ ਨੂੰ ਕਿਸ ਤ ਤੁਹਾਨੂੰ ਪਹਿਲਾਂ ਇਹਦਾ ਜਵਾਬ ਦੇ ਕੇ ਹਟਿਆ ਜੀ ਵੇਖੋ ਸਾਡੇ ਕੋਲ ਇੱਕ ਅਧਿਆਤਮਕ ਜੀਵਨ ਹੁੰਦਾ ਹੈ ਪੜ੍ਹਾਈ ਦੋ ਤਰ੍ਹਾਂ ਦੀ ਹੈ ਇੱਕ ਹੈ ਦੁਨਿਆਵੀ ਪੜ੍ਹਾਈ ਇੱਕ ਹੈ ਧਾਰਮਿਕ ਪੜ੍ਹਾਈ ਜੀ ਬੰਦਾ ਇਨਸਾਨ ਜਿਹੜਾ ਹੈਗਾ ਆਪਾਂ ਕਹਿੰਦੇ ਹੁੰਦੇ ਸੀ ਪੁਰਾਣਾ ਜ਼ਮਾਨਾ ਚੰਗਾ ਹੈ ਉਦੋਂ ਲੋਕ ਪੜ੍ਹੇ ਲਿਖੇ ਨਹੀਂ ਸੀ ਕਿਉਂ ਚੰਗਾ ਸੀ ਕਿਉਂਕਿ ਪੜ੍ਹਾਈ ਜਿਹੜੀ ਇਹ ਮਾਡਰਨ ਪੜ੍ਹਾਈ ਹੈ ਜੀ ਇਹ ਸਾਨੂੰ ਚੋਰ ਡਾਕੂ ਤੇ ਮਾਨਸਿਕ ਰੋਗੀ ਬਣਾ ਰਹੀ ਹੈ ਜੀ ਜੀ ਅਗਰ ਅਸੀਂ ਪੰਜਾਬੀ ਪੜ੍ਹਾਂਗੇ ਪੰਜਾਬੀ ਦੇ ਨਾਲ ਆਪਣਾ ਇਤਿਹਾਸ ਪੜ੍ਹਾਂਗੇ ਆਪਣਾ ਸੱਭਿਆਚਾਰ ਪੜ੍ਹਾਂਗੇ ਅਸੀਂ ਤੇ ਇੱਕ ਚੰਗਾ ਕਿਰਦਾਰ ਬਣਾਂਗੇ ਚੰਗੇ ਕਮਾਈ ਵਾਲਾ ਕਿਰਦਾਰ ਬਣਾਂ ਇਸ ਸਰੀਰ ਦੇ ਵਿੱਚ ਰੂਹਾਨੀਅਤ ਕੱਢ ਦੇਣਾ ਚਾਹੁੰਦੇ ਨੇ ਜੋ ਕਾਫੀ ਹੱਦ ਤੱਕ ਉਹ ਕਾਮਯਾਬ ਹੋ ਚੁੱਕੇ ਨੇ ਇਹ ਜਿਹੜੀ ਗੱਲ ਹੈ ਮੇਬੀ ਇਹਨੂੰ ਕੋ ਬਹੁਤ ਜ਼ਿਆਦਾ ਲੋਕ ਦੇਖਣ ਨਾ ਦੇਖਣ ਮੈਨੂੰ ਨਹੀਂ ਪਤਾ ਮਾਡਾ ਲਿਟਰੇਚਰ ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਮਿਲੀਅਨ ਵਿਊਜ਼ ਚ ਜਾਂਦਾ ਉਹਨੂੰ ਲੋਕ ਦੇਖਣਾ ਪਸੰਦ ਕਰਦੇ ਆ ਜਿਹੜੀਆਂ ਹੋਰ ਜਿਹੜੀਆਂ ਵਲਗਰ ਹੈ ਉਹ ਚੀਜ਼ ਲੋਕ ਜ਼ਿਆਦਾ ਪਸੰਦ ਕਰਦੇ ਤੁਸੀਂ ਅੱਜ ਹੀ ਮੈਂ ਦੇਖ ਰਿਹਾ ਸੀ ਕੋਈ ਕਿਸੇ ਦਾ ਪੰਜਾਬੀ ਤੇ ਬੋਲੀ ਤੇ ਵੀਡੀਓ ਪਾਇਆ ਹੋਇਆ ਸੀ ਤੇ ਉਹਦੇ ਵਿਊ ਸਿਰਫ 157 ਸੀਗੇ YouTube ਤੇ ਇਹਦਾ ਮਤਲਬ ਵੀ ਇਹ ਕਿ ਅਸੀਂ ਚੰਗੀ ਚੀਜ਼ ਨੂੰ ਅਵੋਇਡ ਕਰ ਰਹੇ ਹਾਂ ਤਾਂ ਇਸ ਕਰਕੇ ਇਸ ਇਹ ਤਾਂ ਅੱਖਾਂ ਖੁੱਲਣ ਵਾਲੀਆਂ ਗੱਲਾਂ ਨੇ ਸੀਬੀਐਸਸੀ ਜਿਹੜੀ ਹੈਗੀ ਹੈ ਉਹ ਚਾਹੁੰਦੀ ਹੈ ਕਿ ਜਿਹੜੇ ਲੋਕ ਨੇ ਇਹ ਸਾਰੇ ਜਿਹੜੇ ਹੈਗੇ ਨੇ ਉਹਨਾਂ ਦੇ ਅਗਰ ਆਪਾਂ ਇੰਗਲਿਸ਼ ਸਿੱਖਾਂਗੇ ਤਾਂ ਨੈਚੁਰਲੀ ਉਹਨਾਂ ਦਾ ਕਲਚਰ ਅਡਾਪਟ ਕਰਾਂਗੇ ਸਾਰੀਆਂ ਚੀਜ਼ਾਂ ਉਹਨਾਂ ਦੀ ਫਾਲੋ ਕਰਾਂਗੇ ਤਾਂ ਉਹਨਾਂ ਲਈ ਇੱਕ ਬਾਜ਼ਾਰ ਬਣ ਜਾਏਗਾ ਇੰਡੀਆ ਜਿਹਦੇ ਵਿੱਚ ਉਹ ਆਪਣੇ ਚੀਜ਼ਾਂ ਵੇਚ ਸਕਦੇ ਆ ਤੇ ਸਭ ਕੁਝ ਵੇਖੋ ਕਪੜਾ ਉਹਨਾਂ ਦਾ ਆਪਾਂ ਲੈ ਰਹੇ ਆ ਦਵਾਈਆਂ ਆਪਾਂ ਉਹਨਾਂ ਦੀਆਂ ਖਾ ਰਹੇ ਆ ਅਧਿਆ ayurved ਨੂੰ ਭੁੱਲ ਰਹੇ ਆ ਤਾਂ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਨੇ ਕਨ ਦਾ ਮਤਲਬ ਹੈ ਕਿ ਜਿਹੜਾ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕੀਤੀ ਜਾਂਦੀ ਹੈ ਉਹ ਬਿਲਕੁਲ ਖਤਮ ਹੋ ਸਕਦੀ ਹੈ ਜੀ ਹਾਂ ਬਿਲਕੁਲ ਹੋ ਸਕਦੀ ਹੈ ਜੀ ਇਹਦੇ ਲਈ ਸਾਨੂੰ ਸੰਘਰਸ਼ ਕਰਨਾ ਪਏਗਾ ਸਾਨੂੰ ਅਵੇਅਰ ਹੋਣਾ ਪਏਗਾ ਸਾਨੂੰ ਅੱਖਾਂ ਖੁੱਲ੍ਹਣੀਆਂ ਪੈਣਗੀਆਂ ਸਾਨੂੰ ਆਪਦੇ ਕਈ ਸਵਾਰਥ ਵੀ ਛੱਡਨੇ ਪੈਣਗੇ ਕਈ ਵਾਰ ਅਸੀਂ ਘਰ 'ਚ ਬੈਠੇ ਰਹਿੰਨੇ ਅਸੀਂ ਘਰੋਂ ਨਹੀਂ ਨਿਕਲਣਾ ਚਾਹੁੰਦੇ ਸਾਨੂੰ ਸੜਕਾਂ ਤੇ ਵੀ ਆਉਣਾ ਪੈਂਦਾ ਤਾਂ ਅਸੀਂ ਮਿਲ ਕੇ ਇੱਕ ਦੂਜੇ ਦਾ ਸਾਥ ਦਈਏ ਤੇ ਹਰੇਕ ਚੀਜ਼ ਨੂੰ ਡਟ ਕੇ ਉਹਦਾ ਵਿਰੋਧ ਕਰੀਏ ਜਿਵੇਂ ਕੱਲ੍ਹ ਕਾਨੂੰਨਾਂ ਨੂੰ ਲੈ ਕੇ ਸਾਡੇ ਕਿਸਾਨ ਬੈਠੇ ਆ ਸਾਨੂੰ ਇਦਾਂ ਹੀ ਸੰਘਰਸ਼ ਕਰਨਾ ਪਏਗਾ ਤੇ ਪੰਜਾਬੀ ਜਿਹੜੀ ਮਾਂ ਬੋਲੀ ਹੈ ਇਹ ਸਾਡੇ ਲਈ ਇੱਕ ਮਾਣ ਵਾਲੀ ਗੱਲ ਹੈ ਕੋਈ ਦੁੱਖ ਵਾਲੀ ਗੱਲ ਨਹੀਂ ਕਿਉਂਕਿ ਮੈਂ ਅਕਸਰ ਦੇਖਦਾ ਕਿ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਕਿ ਮੈਨੂੰ ਇੰਗਲਿਸ਼ ਆਉਂਦੀ ਜਾਂ ਮੈਂ ਇੰਗਲਿਸ਼ ਕਪੜੇ ਪਾਉਣਾ ਇਹ ਮਾਣ ਵਾਲੀ ਗੱਲ ਨਹੀਂ ਇਹ ਉਹਦੇ ਲਈ ਇੱਕ ਦੁੱਖ ਵਾਲੀ ਗੱਲ ਹੈ ਤੇ ਉਹ ਉਹ ਇੱਕ ਸ਼ੋਅ ਕਰਦੀ ਹੈ ਕਿ ਤੁਹਾਨੂੰ ਆਪਦੀ ਚੀਜ਼ ਤੇ ਕਿਸੇ ਦੇ ਮਾਣ ਨਹੀਂ ਤੁਸੀਂ ਬਗਾਨੀਆਂ ਚੀਜ਼ਾਂ ਤੇ ਤੁਸੀਂ ਮਾਣ ਕਰ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸੰਨ ਹਰਪੀ ਸਿੰਘ ਗੋਲੂ ਜੀ ਸਾਡੇ ਨਾਲ ਜੁੜੇ ਹੋਏ ਸੀ ਸੋ ਮਸਲਾ ਬਹੁਤ ਜ਼ਿਆਦਾ ਗੰਭੀਰ ਹੈ ਕਿ ਪੰਜਾਬੀ ਬੋਲੀ ਨੂੰ ਪੰਜਾਬ ਦੀ ਵਿਰਾਸਤ ਨੂੰ ਰਾਜਾਂ ਦੇ ਵੱਧ ਅਧਿਕਾਰਾਂ ਦਾ ਉੱਤੇ ਜਿਹੜਾ ਡੱਕ ਆਇਆ ਉਹ ਲਗਾਤਾਰ ਵੱਜ ਰਿਹਾ ਆ ਕਿਉਂਕਿ ਜਿਸ ਤਰ੍ਹਾਂ ਗੱਲ ਕਰ ਲਈ ਆਪਾਂ ਜਿਹੜੀ ਆ ਬੀਐਸਐਫ ਦਾ ਘੇਰਾ ਵਧਾ ਦੇਣਾ ਤੇ ਉਹਦੇ ਬਾਅਦ ਵਿੱਚ ਜਿਸ ਤਰ੍ਹਾਂ ਚੰਡੀਗੜ੍ਹ ਨੂੰ ਖੋਇਆ ਗਿਆ ਇਥੋਂ ਪਿੰਡ ਉਜਾੜੇ ਗਏ ਤੇ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀਗੇ ਮੈਂ ਗੱਲ ਮੈਂ ਪਿੱਛੇ ਵੀ ਥੋੜਾ ਜਾਣਾ ਚਾਹੂੰਗਾ ਜੇ 1900 ਆਜ਼ਾਦੀ ਦੇ ਬਾਅਦ ਦੀ ਗੱਲ ਕਰ ਲਈ ਤਾਂ ਪੰਜਾਬ ਦੇ ਅਲੱਗ ਜਿਹੜੇ ਵੱਧ ਅਧਿਕਾਰਾਂ ਦੇ ਦੇਣ ਦੀ ਗੱਲ ਕੀਤੀ ਸੀ ਉਹ ਵੀ ਵਾਅਦੇ ਪੂਰੇ ਨਹੀਂ ਕੀਤੇ ਸਗੋਂ ਕਿ ਪੰਜਾਬ ਦੇ ਹੋਰ ਹਿੱਸੇ ਕੀਤੇ ਜਾ ਰਹੇ ਹਰਿਆਣਾ ਹਿਮਾਚਲ ਕੱਢ ਦੇਣਾ ਰਾਜਸਥਾਨ ਵਿੱਚ ਕਾਫੀ ਹਿੱਸਾ ਚਲ ਜਾਣਾ ਤੋਂ ਦੇ ਬਾਅਦ ਵਿੱਚ ਪੰਜਾਬ ਵਿੱਚੋਂ ਚੰਡੀਗੜ੍ਹ ਦਾ ਹਿੱਸਾ ਜਿਹੜਾ ਅਲੱਗ ਕਰ ਦੇਣਾ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਸੈਂਟਰ ਸਰਕਾਰ ਵੱਲੋਂ ਕਰਨਾ ਕਿਤਨਾ ਕਿਤੇ ਰਾਜਾਂ ਦੇ ਅਧਿਕਾਰਾਂ ਉੱਤੇ ਡਾਕੇ ਮਾਰਨਾ ਤੇ ਜਿਹੜੇ ਪੰਜਾਬੀਆਂ ਨੇ ਕਿਹਾ ਜਾਂਦਾ 90% ਤੋਂ ਵੱਧ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਲਈ ਕੀਤੀਆਂ ਸੀ ਤੇ ਅੱਜ ਉਹਨਾਂ ਨੂੰ ਹੀ ਗੁਲਾਮ ਬਣਾਉਣ ਦੀਆਂ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਆ।